ਪੀਐਲ ਸਿਲੈਕਟ ਕਰਦੇ ਨੇ ਤੇ ਉਹਦਾ ਮਤਲਬ ਕੀ ਹੈ, ਕਹਿਣਾ ਕੁਛ ਕਰਨਾ ਕੁਛ? ਗੱਡੀਆਂ ਉਹਨਾਂ ਕੋਲ ਦੇ ਦਿੱਤੀਆਂ, ਜਿਪਸੀਆਂ ਉਹਨਾਂ ਨੂੰ ਮਿਲ ਗਈਆਂ, ਪੀਏ ਉਹਨਾਂ ਨੂੰ ਮਿਲ ਗਏ, ਅਤੇ ਕੀ ਸਹੂਲਤਾਂ ਨਹੀਂ ਲੈਣਗੇ ਹੁਣ ਉਹ ਜਿਹੜੇ ਜਿੰਨੇ ਐਡਵਾਈਜ਼ਰ ਬਣਾਏ ਆ ਸਾਰੇ ਦਲ ਬਦਲੂ ਹੈ। ਇਹਦਾ ਮਤਲਬ ਕੈਪਟਨ ਨੂੰ ਸਿਖਾਉਣਗੇ ਕਿ ਦਲ ਕਿਵੇਂ ਬਦਲਣਾ। ਸਰ ਕਰਤਾਰਪੁਰ ਲਾਂਗੇ ਤੇ $20 ਅਮਰੀਕੀ ਡਾਲਰ ਪਾਕਿਸਤਾਨ ਲਾ ਰਿਹਾ ਹੈ, ਇਹ ਬਹੁਤ ਮਾੜੀ ਗੱਲ ਹੈ। ਮੈਂ ਤਾਂ ਕਹਿਣਾ ਚਾਹੁੰਦਾ ਹੈ ਪਾਕਿਸਤਾਨ ਆ ਜਿਹੜੇ ਧਾਰਮਿਕ ਸਥਾਨ 'ਤੇ ਪੈਸੇ ਕਮਾਉਣ 'ਤੇ ਲੱਗ ਗਿਆ, ਇਹ ਤੋਂ ਮਾੜੀ ਗੱਲ ਕੀ ਹੋ ਸਕਦੀ? ਪੰਜਾਬ ਬਾਹਰ ਨੂੰ ਲੋਕ ਕੁੱਟਣ ਲੱਗ ਪੈਂਦੇ, ਬੰਦੇ ਬਣਾਉਣ ਲੱਗ ਪੈਂਦੇ, ਪਰ ਕੀ ਗੱਲ, ਪੰਜਾਬ ਕਿੱਧਰ ਜਾ ਰਿਹਾ? ਪੰਜਾਬ ਹਰ ਮੁਲਾਜ਼ਮ ਦੀ ਰਿਸਪੈਕਟ ਹੋਣੀ ਚਾਹੀਦੀ, ਪਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਫੋਟੋਆਂ ਅਸੀਂ ਵੀ ਕਰਾਉਣੀਆਂ, ਕੋਈ ਮੁੱਖ ਮੰਤਰੀ ਕਿਸੇ ਨੂੰ ਮਿਲਦਾ ਨਹੀਂ, ਕਰਦਾ ਨਹੀਂ, ਆਉਂਦਾ ਨਹੀਂ, ਸਰਕਾਰ ਦੀ ਲੋਕੀ ਦੁਖੀ ਹੈ, ਲੋਕੀ ਆਪਣੀ ਫਰਸਟ੍ਰੇਸ਼ਨ ਕੱਢ ਰਹੇ।